Punjabi Sports bare hor information tusi YouTube, Facebook ate punjabisports.com te jaake le sakde ho. Koi feedback deni hove ya koi information deni hove ta sanu 604-825-7020 ya fir 604-773-4258 te call kar sakde ho. Ice hockey vich bahut Punjabi bacche participate karde han. Aao dekhte han ice hockey de ek junior player naal kiti a interview. ਜਿਸ ਤਰ੍ਹਾਂ ਭਾਰਤ ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਕਬੱਡੀ ਜਾਂ ਕ੍ਰਿਕਟ ਲੋਕਾਂ ਦੀ ਪਸੰਦੀਦਾ ਖੇਡ ਹੈ ਉਸੇ ਤਰ੍ਹਾਂ ਹੀ ਕੈਨੇਡਾ ਅਮਰੀਕਾ ਵਰਗੇ ਪੱਛਮੀ ਠੰਡੇ ਮੁਲਕਾਂ ਵਿੱਚ ਆਈਸ ਹਾਕੀ ਅਤੇ ਸੌਕਰ ਵਰਗੀਆਂ ਖੇਡਾਂ ਲੋਕਾਂ ਦੇ ਸਿਰ ਚੜ੍ਹ ਕੇ ਬੋਲਦੀਆਂ ਹਨ ਇਸੇ ਕਰਕੇ ਹੀ ਜਦੋਂ ਕਿਤੇ ਆਈਸ ਹਾਕੀ ਦੀ ਮਨਪਸੰਦ ਟੀਮ ਕਿਤੇ ਜਿੱਤ ਕੇ ਵਾਪਸ ਆਉਂਦੀ ਹੈ ਤਾਂ ਲੋਕ ਸੜਕਾਂ 'ਤੇ ਆ ਕੇ ਜਸ਼ਨ ਮਨਾਉਂਦੇ ਹਨ ਸਾਡੇ ਭਾਰਤੀ ਲੋਕ ਵੀ ਆਈਸ ਹਾਕੀ ਦੇ ਕਾਫੀ ਦੀਵਾਨੇ ਹਨ ਮੰਮੀ ਹੋਣੀ ਤਾਂ ਕਹਿੰਦੇ ਸੀ ਕਿ ਤੂੰ ਸੌਕੇ ਖੇਡ ਫਿਰ ਮੈਂ ਕਿਹਾ ਕਿ ਮੈਂ ਹਾਕੀ ਖੇਡਣੀ ਮੈਨੂੰ ਇਹ ਚੰਗੀ ਲੱਗਦੀ ਅਤੇ ਮੰਮੀ ਡੈਡੀ ਮੈਨੂੰ ਗੇਮਾਂ 'ਤੇ ਲਾ ਕੇ ਜਾਂਦੇ ਮੈਨੂੰ ਇਨਕਰੇਜ ਵੀ ਕਰਦੇ ਆ ਭਾਰਤ ਵਰਗੇ ਖੁਸ਼ਕ ਮੌਸਮ ਵਾਲੇ ਦੇਸ਼ਾਂ ਵਿੱਚ ਬਰਫ਼ ਨਾ ਪੈਂਦੀ ਹੋਣ ਕਰਕੇ ਬਰਫ਼ ਦੀਆਂ ਖੇਡਾਂ ਜ਼ਿਆਦਾਤਰ ਹੋਂਦ ਵਿੱਚ ਨਹੀਂ ਆਈਆਂ ਜਿਸ ਕਰਕੇ ਭਾਰਤ ਵਿੱਚ ਮਕਬੂਲ ਨਹੀਂ ਹਨ ਪਰ ਜਿਵੇਂ ਜਿਵੇਂ ਸਾਡੇ ਭਾਰਤੀ ਲੋਕ ਠੰਡੇ ਮੁਲਕਾਂ ਵਿੱਚ ਵਸਣ ਲੱਗੇ ਤਿਵੇਂ ਤਿਵੇਂ ਉਹ ਅਤੇ ਉਹਨਾਂ ਦੀ ਨਵੀਂ ਪੀੜ੍ਹੀ ਇਹਨਾਂ ਖੇਡਾਂ ਵੱਲ ਆਕਰਸ਼ਿਤ ਹੋਣ ਲੱਗੀ ਸਾਡੀ ਇਕੁਇਪਮੈਂਟ ਲਈ ਇੱਕ ਨੰਬਰ 1 ਹਾਕੀ ਸਟਿੱਕ ਚਾਹੀਦੀ ਆ ਅਤੇ ਸਕੇਟਸ ਵੀ ਚਾਹੀਦੇ ਹੈ ਨਾਲੇ ਸ਼ਿਨ ਪੈਡ ਵੀ ਹਾਕੀ ਦੀ ਪੈਂਟ ਸ਼ੋਲਡਰ ਪੈਡ ਐਲਬੋ ਪੈਡਸ ਅਤੇ ਹੈਲਮਟ ਜਦੋਂ ਪਹਿਲੀ ਵਾਰੀ ਲਿਆ ਫਿਰ ਮੰਮੀ ਡੈਡੀ ਨੇ ਕੁਛ ਨਹੀਂ ਕਿਹਾ ਪਰ ਜਦੋਂ ਇਕੁਇਪਮੈਂਟ ਥੋੜ੍ਹੀ ਜਿਹੀ ਨਿੱਕੀ ਹੋ ਗਈ ਮੈਂ ਕਿਹਾ ਲਿਆਉਣੀ ਆ ਮੰਮੀ ਡੈਡੀ ਕਹਿੰਦੇ 2 ਸਾਲ ਅਟਕ ਜਾ ਹਾਲੇ ਅਜਿਹਾ ਹੀ ਨਵੀਂ ਭਾਰਤੀ ਪੀੜ੍ਹੀ ਦਾ ਤਜਿੰਦਰਪਾਲ ਸਿੰਘ ਖੋਸਾ ਆਈਸ ਹਾਕੀ ਦਾ ਭਵਿੱਖ ਵਿੱਚ ਵਧੀਆ ਪਲੇਅਰ ਬਣਨ ਦਾ ਸੁਪਨਾ ਸੰਜੋਈ ਬੈਠਾ ਹੈ ਪ੍ਰੈਕਟਿਸ ਤਾਂ ਬਹੁਤ ਚਾਹੀਦੀ ਆ ਕਰਕੇ ਉਹ 'ਚ ਸਿੱਖਦੇ ਵੀ ਆ ਕਿ ਗੇਮ 'ਚ ਕੀ ਕਰਨਾ ਚਾਹੀਦਾ ਨਾਲੇ ਫਿਰ ਉਹ ਸਕਿੱਲਸ ਵੀ ਸਿਖਾਉਂਦੇ ਆ ਕਿੱਦਾਂ ਖੇਡੀ ਦਾ ਉਹ ਸਿਖਾਉਂਦੇ ਆ ਕਿ ਜੇ ਪੱਕ ਵੀ ਨਹੀਂ ਹੁੰਦਾ ਹਾਲੇ ਸਕੇਟ ਵੀ ਕਰਨੀ ਪੈਂਦੀ ਆ ਕਿ ਪਾਸ ਲਈ ਓਪਨ ਹੋਣਾ ਪੈਣਾ ਜਾਂ ਡਿਫੈਂਸਿਵਲੀ ਦੂਜਿਆਂ ਖਿਡਾਰੀਆਂ ਨੂੰ ਰੋਕਣਾ ਪੈਣਾ ਆਪਣੀ ਟੀਮ ਵਿੱਚ ਫਾਰਵਰਡ ਖੇਡਣਾ ਉਹ ਬਹੁਤ ਜ਼ਿਆਦਾ ਪਸੰਦ ਕਰਦਾ ਹੈ ਜਿਹੜਾ ਇਹਨਾਂ ਦੀ ਟੀਮ ਨੇ ਪਿਛਲੇ ਦਿਨੀ ਲੋਅਰ ਮੇਨਲੈਂਡ ਦੀਆਂ 8 ਟੀਮਾਂ ਦੇ ਵਿੱਚੋਂ ਪਹਿਲਾ ਇਨਾਮ ਜਿੱਤਿਆ ਉਸ ਮੈਚ ਵਿੱਚ ਵੀ ਤੇਜਿੰਦਰ ਨੇ ਕੋਚਾਂ ਅਤੇ ਦਰਸ਼ਕਾਂ ਦੀ ਖੂਬ ਵਾਹ ਵਾਹ ਖੱਟੀ ਇਹ ਜਦੋਂ ਅਸੀਂ ਲਾਈਕ ਬਾਹਰ ਜਾਂਦੇ ਲਾਈਕ ਕਈ ਵਾਰੀ ਬਾਹਰ ਵੀ ਟੂਰਨਾਮੈਂਟ ਹੁੰਦੀ ਆ ਅਤੇ ਫਿਰ ਜ਼ਿਆਦਾ ਟੀਮ ਨਾਲ ਰਹਿੰਦੇ ਅਤੇ ਫਿਰ ਇਹਨੂੰ ਚੰਗੇ ਫਰੈਂਡ ਬਣ ਜਾਂਦੇ ਆ ਖੁਸ਼ੀ ਦੀ ਗੱਲ ਹੈ ਕਿ ਹਿੰਦੁਸਤਾਨੀ ਲੋਕਾਂ ਦੇ ਜੰਮਪਲ ਬੱਚੇ ਆਈਸ ਹਾਕੀ ਬਾਸਕਟਬਾਲ ਜਾਂ ਹੋਰ ਅੰਤਰਰਾਸ਼ਟਰੀ ਖੇਡਾਂ ਵਿੱਚ ਪੈਣੇ ਸ਼ੁਰੂ ਹੋਏ ਹਨ ਕਈਆਂ ਨੇ ਤਾਂ ਜ਼ਿਕਰਯੋਗ ਪ੍ਰਾਪਤੀਆਂ ਕਰਕੇ ਆਪਣੀ ਸਮਰੱਥਾ ਦਾ ਪ੍ਰਗਟਾਵਾ ਕਰ ਦਿੱਤਾ ਹੈ ਅਤੇ ਕਈਆਂ ਨੇ ਅਜੇ ਭਵਿੱਖ ਵਿੱਚ ਪ੍ਰਾਪਤੀਆਂ ਕਰਨੀਆਂ ਹਨ ਉਹ ਦਿਨ ਹੁਣ ਦੂਰ ਨਹੀਂ ਜਦ ਪੰਜਾਬੀ ਬੱਚੇ ਵੀ ਇਹਨਾਂ ਖੇਡਾਂ ਵਿੱਚ ਆਪਣਾ ਸਿੱਕਾ ਜਮਾਉਣਗੇ ਪਰਮਜੋਤ ਸਿੰਘ ਬਵਰੀ ਪੰਜਾਬੀ ਸਪੋਰਟਸ ਸਰੀ ਪੰਜਾਬੀ ਸਪੋਰਟਸ